ਜੇ ਤੁਸੀਂ ਸੀਆਰਟੀ ਟਰੈਕਟਰ ਲੈਣਾ ਤਾਂ ਸੋਨਾਲੀਕਾ ਵਰਗਾ ਸੀਆਰਟੀ ਸੇਫ ਟਰੈਕਟਰ ਕੋਈ ਨਹੀਂ। ਆਹ ਫਰਾਈ ਵੀਲ ਸੈਂਸਰ ਆ, ਪਤੰਦਰਾਂ ਨੇ ਇਹਦੇ ਉੱਤੇ ਦੀ ਵੀ ਪਲੇਟ ਲਾਈ। ਸੋ ਸਿੰਪਲ ਟਰੈਕਟਰ ਰੱਖਿਆ, ਟਰਬੋ ਵੀ ਨਹੀਂ ਲਾਈ, 65 ਨੌਨ ਟਰਬੋ ਆ, ਸਾਰੀਆਂ ਚੀਜ਼ਾਂ ਕਵਰਡ ਨੇ। ਆਹ ਦੇਖੋ, ਆਮ ਕੰਪਨੀਆਂ ਨੇ ਉਰੇ ਲਾਉਂਦੀਆਂ ਨੇ ਥਰੋਟਲ ਕੰਟਰੋਲ ਜਾਂ ਪੰਪ ਤੇ ਲਾਉਂਦੀਆਂ। ਇਹਨਾਂ ਨੇ ਮਾਂ ਦੇ ਪੁੱਤਾਂ ਨੇ ਆਹ ਠੋਕਿਆ ਹੋਇਆ ਇਹਦੇ ਵਿੱਚ, ਵੀ ਇਹਨੂੰ ਪਾਣੀ ਨਾ ਲੱਗੇ, ਖਰਾਬ ਨਾ ਹੋਵੇ, ਮਿੱਟੀ ਨਾ ਲੱਗੇ। ਯਾਨੀ ਸੋਨਾਲੀਕਾ ਦੀ ਡੋਮੈਸਟਿਕ ਕੰਪਨੀਆਂ ਜਿਹੜੀਆਂ ਚ ਇਹ ਗੁਣ ਹੈ ਕਿ ਟਰੈਕਟਰ ਇੰਡੀਆ ਦੇ ਅਕੋਰਡਿੰਗ ਬਣਾਉਂਦੀ ਹੈ। ਇਹੀ ਗੱਲ ਮੈਂ ਕਹਿਣਾ ਹੁੰਦਾ ਵੀ ਭਾਈ, ਟਰੈਕਟਰ ਇੰਡੀਆ ਦੇ ਅਕੋਰਡਿੰਗ, ਜਿਹੜੀਆਂ ਡੋਮੈਸਟਿਕ ਕੰਪਨੀਆਂ ਨੇ ਉਹ ਇੰਡੀਆ ਦੇ ਅਕੋਰਡਿੰਗ ਟਰੈਕਟਰ ਬਣਾਉਂਦੀਆਂ ਨੇ, ਤਾਂ ਕਰਕੇ ਮੈਂ ਡੋਮੈਸਟਿਕ ਕੰਪਨੀਆਂ ਦੀ ਪ੍ਰੇਜ਼ ਕਰਦਾ। ਦੂਜੀ ਸਭ ਤੋਂ ਵੱਡੀ ਗੱਲ, ਮਾਂ ਦੇ ਪੁੱਤਾਂ ਨੇ ਨੌਨ ਟਰਬੋ ਬਣਾਇਆ ਤੇ ਇਹ ਉਹ ਟਰੈਕਟਰ ਆ ਜਿਹੜਾ CRDI ਦੇ ਵਿੱਚ ਸਭ ਤੋਂ ਵੱਡੇ ਇੰਜਨ ਵਾਲਾ, 4712 cc ਇਹਦੀ ਕਿਊਬਿਕ ਕੈਪੈਸਿਟੀ ਆ, ਪਾਗਲ ਆ।